ਅਸਲਾਮੁ ਅਲੈਕੁਮ ਵ ਰahmatullahi व ਬਰਕਾਤੁਹ ਅੱਜ ਦੇ ਦੌਰ ਦੀ ਗੱਲ ਏ ਕਿ ਹਰ ਬੀਬੀ ਆਂਦੀ ਏ ਕਿ ਮੇਰਾ ਬੰਦਾ ਮੇਰੇ ਥੱਲੇ ਲੱਗ ਜਾਏ ਮੇਰਾ ਨੌਕਰ ਹੋਵੇ ਮੈਂ ਜੋ ਕਮਾਂ ਉਹੀ ਕਰੇ ਜੋ ਮੈਂ ਬੋਲਾਂ ਉਹ ਬੋਲੇ ਮੇਰੇ ਗੱਲ ਦੇ ਵਿੱਚ ਦਖਲ ਅੰਦਾਜ਼ੀ ਬਿਲਕੁਲ ਨਾ ਕਰੇ ਮੈਂ ਕਵਾਂ ਪੇਕੇ ਜਾਣਾ ਪੇਕੇ ਜਾਵਾ ਮੈਂ ਕਵਾਂ ਕਿ ਗੱਲ ਇਹ ਵੇ ਭੈਣਾ ਕੋਲ ਜਾਣਾ ਤੇ ਭੈਣਾ ਜਿੱਧਰ ਵੇ ਮਤਲਬ ਮੈਂ ਕਵਾਂ ਗੱਲ ਮੁਖਤਸਰ ਜਿੱਧਰ ਵੀ ਕਵਾਂ ਜੋ ਕਵਾਂ ਮੇਰੀ ਮੰਨੇ ਮੇਰੀ ਗੱਲ ਚੱਲੇ ਤਾਂ ਮੇਰਾ ਗੁਜ਼ਾਰਾ ਹੁੰਦਾ ਤੇ ਜਦੋਂ ਸਹੇਲੀਆਂ ਦੇ ਕੋਲ ਬੰਦਾ ਬੈਿੰਦਾ ਨਾ ਸਹੇਲੀਆਂ ਦੇ ਕੋਲ ਜਨਾਨੀਆਂ ਬੈਹਨੀਆਂ ਨ ਜਾ ਕੇ ਜਦੋਂ ਸਹੇਲੀਆਂ ਬਣਨੀਆਂ ਸ਼ੁਰੂ ਹੋ ਜਾਣ ਤੇ ਘਰ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਜਾਂਦਾ ਉਹ ਮੱਤਾਂ ਦੇਂਦੀਆਂ ਨੇ ਜੀ ਇੰਜ ਕਰ ਉਹ ਕਰ ਇੱਕ ਬੀਬੀ ਆਂਦੀ ਨਹੀਂ ਫਲਾਣੇ ਪੀਰ ਕੋਲ ਜਾ ਉਹ ਤਵੀਤ ਕਰਕੇ ਦਿੰਦਾ ਜਿਵੇਂ ਤੂੰ ਆਖੇਂਗੀ ਤੇਰਾ ਖਸਮ ਹੋਵੇਂ ਕਰੇਗਾ ਤੇਰੀ ਮੰਨੇਗਾ ਵੇ ਆ ਫਲਾਣੀ ਗਈ ਸੀ ਨਾ ਬਾਬੇ ਹਰਾਂ ਦੇ ਕੋਲ ਮੌਲਵੀ ਹਰਾਂ ਦੇ ਕੋਲ ਜਿਹੜਾ ਵੱਡੀ ਮਸਜਿਦ ਵਾਲਾ ਮੌਲਵੀ ਹੈ ਨਾ ਉਹ ਬੜੇ ਤਵੀਤ ਕਰਦਾ ਹੀ ਉਹ ਬੜਾ ਨੇਕ ਬੰਦਾ ਹੀ ਤੇ ਤੈਨੂੰ ਮੈਂ ਨਾਲ ਲੈ ਕੇ ਜਾਵਾਂਗੀ ਸ਼ਿਫਾਰਿਸ਼ ਕਰਾਂਗੀ ਤੇਰੀ ਉਹਨਾਂ ਕਹੇ ਜੀ ਠੀਕ ਹੈ ਪੀਰ ਸਾਹਿਬਾਂ ਦੇ ਕੋਲ ਗਈ ਤੇ ਉਹਨੇ ਕਿਹਾ ਪੀਰ ਜੀ ਗੱਲ ਇਹ ਵੇ ਕਿ ਬੰਦਾ ਇੰਜ ਹੋਵੇ ਕਿ ਮੈਂ ਪੈਰ ਕਰਾਂ ਤੇ ਉਹ ਮੇਰੇ ਪੈਰ ਘੁੱਟੇ ਮੈਂ ਲਾਹਨਤ ਪਾਣਾ ਇਹੋ ਜੀ ਔਰਤ ਦੇ ਉੱਤੇ ਜਿਹੜੀ ਬੰਦੇ ਨੂੰ ਗੁਲਾਮ ਬਣਾ ਕੇ ਤੇ ਉਹਦੀ ਗੁਲਾਮ ਬੰਦੀ ਏ ਗੁਲਾਮ ਦੀ ਗੁਲਾਮ ਬੰਦੀ ਏ ਤੇ ਸਲਾਮ ਕਰਨਾ ਉਸ ਔਰਤ ਨੂੰ ਜਿਹੜੀ ਆਪਣੇ ਬੰਦੇ ਨੂੰ ਬਾਦਸ਼ਾਹ ਸਮਝਦੀ ਏ ਤੇ ਉਹਦੀ ਬਾਦਸ਼ਾਹ ਜ਼ਾਦੀ ਬਣਦੀ ਏ ਜਿਹੜੀ ਆਪਣੇ ਬੰਦੇ ਨੂੰ ਬਾਦਸ਼ਾਹ ਸਮਝਦੀ ਏ ਉਹਦੀ ਇੱਜ਼ਤ ਕਰਦੀ ਏ ਤੇ ਉਹਦੀ ਗੁਲਾਮੀ ਕਰਕੇ ਉਹਦੀ ਬਾਦਸ਼ਾਹ ਜ਼ਾਦੀ ਬਣਦੀ ਏ ਉਸ ਔਰਤ ਨੂੰ ਮੈਂ ਸਲਾਮ ਕਰਨਾ ਤੇ ਜਿਹੜੀ ਗੁਲਾਮ ਦੀ ਬੇਗਮ ਗੁਲਾਮ ਬਣਦੀ ਏ ਉਸ ਔਰਤ ਦੇ ਦਿਮਾਗ ਨੂੰ ਕਿਹੜੀ ਗੱਲ ਅਸੀਂ ਕਹੀਏ ਇਸ ਤੋਂ ਵੱਡੀ ਗੱਲ ਘਟੀਆ ਤੇ ਗੱਲ ਹੀ ਕੋਈ ਨਹੀਂ ਜਿਹੜੀ ਖੁਦ ਕਰਨ ਲਈ ਹੋ ਕਿ ਮੇਰਾ ਬੰਦਾ ਗੁਲਾਮ ਹੋਵੇ ਤੇ ਮੈਂ ਉਸ ਦੀ ਗੁਲਾਮੀ ਕਰਾਂ ਨਹੀਂ ਇਹ ਗਲਤ ਬਾਦਸ਼ਾਹ ਦੀ ਬੇਗਮ ਬਣੇਗੀ ਤੇ ਬਾਦਸ਼ਾਹਜ਼ਾਦੀ ਬਣੇਗੀ ਗੁਲਾਮ ਦੀ ਬੇਗਮ ਨੂੰ ਕੀ ਮਕਾਮ ਮਿਲੇਗਾ ਨੌਕਰ ਦੀ ਬੇਗਮ ਨੂੰ ਕੀ ਮਕਾਮ ਮਿਲੇਗਾ ਖੈਰ ਉਹ ਪੀਰ ਸਾਹਿਬ ਦੇ ਕੋਲ ਗਈ ਪੀਰ ਸਾਹਿਬ ਨਾਲ ਕਿਹਾ ਗੱਲ ਐਂ ਜੇ ਕਿ ਮੈਂ ਤੈਨੂੰ ਬੱਚਿਆ ਕਿ ਦਸ ਨਾਵਾ ਕੰਮ ਉਹ ਤੂੰ ਕਰ ਲੈ ਤੇ ਬੰਦਾ ਤੇਰਾ ਜਿਹੜਾ ਹੈ ਨਾ ਉਹ ਤੇਰੇ ਪੈਰ ਵੀ ਛੱਟੇਗਾ ਕਭਰਾ ਨਾ ਜਿਵੇਂ ਤੂੰ ਆਖੇਂਗੀ ਨਾ ਓਵੇਂ ਕਰੇਗਾ ਉਹਨੇ ਕਿਾ ਪੀਰ ਜੀ ਮੈਨੂੰ ਇਹਦੇ ਵਾਸਤੇ ਕੋਈ ਕੰਮ ਵੀ ਕਰਨਾ ਪਵੇ ਤੇ ਮੈਂ ਤਿਆਰ ਆ ਮੈਨੂੰ ਕੋਈ ਟੈਨਸ਼ਨ ਨਹੀਂ ਲੇਕਿਨ ਉਹ ਮੇਰੀ ਗੱਲ ਮੰਨੇ ਜਿਵੇਂ ਮੈਂ ਆਖਾਂ ਓਵੇਂ ਕਰੇ ਪੀਰ ਸਾਹਿਬ ਅਰਾਂ ਨੇ ਕਿਹਾ ਫਿਰ ਗੱਲ ਏਵੇਂ ਸ਼ੇਰ ਦੇ ਤਿੰਨ ਵਾਲ ਲੈ ਆ ਤੇ ਉਹਦੇ ਉੱਤੇ ਮੈਂ ਤੈਨੂੰ ਇਲਮ ਪੜ੍ਹ ਦੇਾਂਗਾ ਤੂੰ ਜਿਵੇਂ ਕਵੇਂਗੀ ਨਾ ਓਵੇਂ ਤੇਰਾ ਬੰਦਾ ਮੰਨੇਗਾ ਜੋ ਤੂੰ ਆਖੇਗੀ ਉਹੋ ਹੀ ਕਰੇਗਾ ਤੂੰ ਕਵੇਂਗੀ ਰਾਤ ਨੂੰ ਦੇਨੇ ਤੋ ਕਵੇਗਾ ਰਦੇਨੇ ਤੂੰ ਦਿਨ ਨੂੰ ਕਵੇਂਗਾ ਰਾਤ ਤੇ ਕਵੇਂਗੀ ਰਾਤ ਤੇ ਉਹ ਕਵੇਗਾ ਰਾਤ ਹੈ ਉਹਨੇ ਕਾ ਪੀਰ ਜੀ ਇਸ ਵਾਸਤੇ ਮੈਨੂੰ ਜੋ ਵੀ ਕਰਨਾ ਪਵੇ ਨਾ ਮੈਂ ਕਰ ਗੁਜ਼ਰਾਂਗਾ ਉਹ ਦਾ ਬੰਦਾ ਭੇਡਾਂ ਬੱਕਰੀਆਂ ਰੱਖੀਆਂ ਸਨ ਤੇ ਚਰਾਣ ਜਾਂਦਾ ਸੀ ਆਪਣੀਆਂ ਭੇਡਾਂ ਬੱਕਰੀਆਂ ਰੱਖੀਆਂ ਸਨ ਉਹ ਬੀਬੀ ਨੇ ਨਾ ਸੋਚਿਆ ਜਾ ਕੇ ਆਪਣੀ ਸਹੇਲੀ ਨੂੰ ਪੁੱਛਿਆ ਮੈਂ ਹੁਣ ਕੀ ਕਰਾਂ ਉਹਨੇ ਕਿਹਾ ਇੰਜ ਕੰਮ ਕਰ ਇੱਕ ਬੱਕਰਾ ਲੈ ਜਾ ਤੇ ਸ਼ੇਰ ਨੂੰ ਪਾਵੇਂ ਤੇ ਸ਼ੇਰ ਤੇਰੇ ਕੋਲ ਆ ਜਾਏਗਾ ਉਹਨੇ ਕਿਹਾ ਜੇ ਫੇਰ ਨਾ ਮੰਨੇ ਤਾਂ ਸ਼ੇਰ ਨਾ ਖਲੋਇਆ ਉਹਨੇ ਕਿਹਾ ਦੂਜੇ ਦਿਨ ਕੋ ਹੋਰ ਲੈ ਜਾਈ ਉਹਨੇ ਕਿਹਾ ਸ਼ੇਰ ਫੇਰ ਨਾ ਮੇਰੇ ਲੱਗਿਆ ਤੇ ਫੇਰ ਉਹਨੇ ਕਿਹਾ ਤੀਜੇ ਦਿਨ ਹੋਰ ਲੈ ਜਾਈ ਆਟੋਮੈਟਿਕ ਸ਼ੇਰ ਤੇਰੇ ਕੋਲ ਆ ਜਾਏਗਾ ਇਹ ਨਾ ਜਨਾਨੀਆਂ ਨੇ ਦਹੀਂ ਸਰ ਨੂੰ ਮਰਵਾ ਦਿੱਤਾ ਸੀ। ਮਿਰਜ਼ੇ ਨੂੰ ਵੀ ਮਰਵਾ ਦਿੱਤਾ ਸੀ। ਇਹ ਔਰਤ ਬੜੇ ਕੰਮ ਕਰਵਾ ਦਿੰਦੀ ਏ। ਇਹ ਬਿੱਲੀ ਕੋਲ ਡਰਾ ਦਿੰਦੀ ਏ ਤੇ ਸ਼ੇਰ ਨੂੰ ਮਰਵਾ ਦਿੰਦੀ ਏ। ਡਰਾਂ ਤੇ ਆਏ ਤੇ ਬਿੱਲੀ ਕੋਲੋਂ ਡਰਾ ਦਿੰਦੀ ਏ। ਤੇ ਮਰਵਾਣ ਤੇ ਆਏ ਤੇ ਬੰਦੇ ਕੋਲੋਂ ਸ਼ੇਰ ਮਰਵਾ ਦਿੰਦੀ ਏ। ਕੀ ਕੀ ਹਾਲ ਏ ਲੋਕਾਂ ਦੇ ਸਾਹਮਣੇ ਛਿਪਲੀ ਕੋਲੋਂ ਡਰ ਜਾਂਦੀ ਏ ਤੇ ਰਾਤ ਅੱਧੀ ਨੂੰ ਦਰਿਆ ਪਾਰ ਕਰ ਜਾਂਦੀ ਏ ਘੜੇ ਦੇ ਬੈ ਕੇ ਇਹ ਔਰਤ ਲਓ ਜੀ ਉਹਨੇ ਇੱਕ ਬੱਕਰਾ ਫੜਿਆ ਜੰਗਲ ਚ ਲੈ ਗਈ ਸ਼ੇਰ ਦੇ ਸਾਹਮਣੇ ਜਾ ਕੇ ਛੱਡ ਦਿੱਤਾ ਸ਼ੇਰ ਨੇ ਖਾ ਲਿਆ ਫੇਰ ਦੂਜੇ ਦਿਨ ਬੱਕਰਾ ਫੜਿਆ ਸ਼ੇਰ ਦੇ ਸਾਹਮਣੇ ਕੀਤਾ ਸ਼ੇਰ ਨੇ ਖਾ ਲਿਆ ਤੀਸਰੇ ਤਾਂ ਬੱਕਰਾ ਲਾਗੇ ਰੱਖਿਆ ਉਹਨੇ ਆਪਣੇ ਥੋੜੀ ਥੋੜੀ ਲਾਗੇ ਹੁੰਦੀ ਗਈ ਸ਼ੇਰ ਨੇ ਮਹਿਸੂਸ ਕੀਤਾ ਇਹ ਮੇਰੇ ਫਾਇਦੇਮੰਦ ਦੇ ਇਹ ਮੇਰੇ ਹੱਕੇ ਚ ਇਹ ਤੇ ਬੜੀ ਵੱਡੀ ਗੱਲ ਹੈ ਮੈਨੂੰ ਰੋਜ਼ ਤਾਜ਼ਾ ਬੱਕਰਾ ਮਿਲਦਾ ਹੈ ਮੈਨੂੰ ਮਿਹਨਤ ਨਹੀਂ ਕਰਨੀ ਪੈਂਦੀ ਆਸਤਾ ਆਸਤਾ ਔਰਤ ਨੇ ਨਾ ਹੱਥ ਵਿੱਚ ਬੱਕਰਾ ਰੱਖ ਕੇ ਨਾ ਸ਼ੇਰ ਨੂੰ ਖਵਾਣਾ ਸ਼ੁਰੂ ਕੀਤਾ ਸ਼ੇਰ ਹੋਰ ਮਾਇਲ ਹੋ ਗਿਆ ਕੁਝ ਦਿਨ ਗੁਜ਼ਰੇ ਤੇ ਸ਼ੇਰ ਜਿਹੜਾ ਉਹਦੇ ਕੋਲ ਆ ਕੇ ਬਹਿ ਗਿਆ ਜਿਵੇਂ ਉਹ ਹੱਥ ਫੇਰਨਾ ਸ਼ੁਰੂ ਕਰਤਾ ਕੰਡ ਦੇ ਉੱਤੇ ਸ਼ੇਰ ਨੂੰ ਪਤਾ ਲੱਗ ਗਿਆ ਇਹ ਮੇਰੇ ਵਾਸਤੇ ਮਫੀਦ ਏ ਔਰਦਾ ਡਰ ਖਤਮ ਹੋ ਗਿਆ ਉਹਨੇ ਤਿੰਨ ਵਾਲ ਜਿਹੜੇ ਨੇ ਨਾ ਉਹਦੇ ਪੁੱਟ ਲੈ ਤਿੰਨ ਵਾਲ ਪੁੱਟ ਕੇ ਲੈ ਆਂਦੇ ਤੇ ਪੀਰ ਬਾਬੇ ਦੇ ਲਿਆ ਕੇ ਪੇਸ਼ ਕਰਤੇ ਬਾਬਾ ਜੀ ਮੈਂ ਤਿੰਨ ਵਾਲ ਲੈ ਆਂਦੇ ਨੇ ਬਾਕੀ ਮਿਹਨਤ ਬੜੀ ਕਰਨੀ ਪਈ ਏ ਉਹਨੇ ਆਖਿਆ ਲੈ ਫਿਰ ਹੁਣ ਤੂੰ ਜਿਵੇਂ ਕਮੇਗੀ ਨਾ ਤੇਰਾ ਬੰਦਾ ਹੋਵੇਂ ਹੀ ਕਰੇਗਾ ਮੈਨੂੰ ਦਸ ਹੀ ਆਂਦੇ ਕਿਵੇਂ ਨਹੀਂ ਉਨੇ ਸਾਰਾ ਮਾਜਰਾ ਔਰਤ ਨੇ ਉਹ ਬਾਬੇ ਪੀਰ ਨੂੰ ਦੱਸਿਆ ਤੇ ਪੀਰ ਸਾਹਿਬ ਰਾਣੇ ਆਖਿਆ ਜਿੰਨੀ ਮਿਹਨਤ ਸ਼ੇਰ ਨੂੰ ਫੜਨ ਤੇ ਸ਼ੇਰ ਦੇ ਵਾਲ ਪੁੱਟਣ ਦੇ ਲਈ ਏਨੀ ਮਿਹਨਤ ਉਹ ਆਪਣੇ ਅੱਧੀ ਵੀ ਬੰਦੇ ਤੇ ਕਰੀ ਤੇ ਬੰਦਾ ਤੇਰੇ ਨਾਲ ਸੀ ਇਹ ਆਪਣੇ ਮਕਸਦ ਨੂੰ ਹਾਸਲ ਕਰਨ ਵਾਸਤੇ ਪੂਰੇ ਘਰ ਨੂੰ ਦਾਤੇ ਲਾ ਦਿੰਦੀਆਂ ਨੇ ਜਾਨ ਨੂੰ ਦਾਤੇ ਲਾ ਦਿੰਦੀਆਂ ਨੇ ਪਰ ਮੈਂ ਲਾਣਤ ਪਾਨਾ ਇਹੋ ਜੀ ਔਰਤ ਦੇ ਉੱਤੇ ਜਿਹੜੀ ਬੰਦੇ ਨੂੰ ਗੁਲਾਮ ਬਣਾਉਣ ਵਾਸਤੇ ਇੰਨਾ ਕੰਮ ਕਰਦੀ ਏ ਤੇ ਫੇਰ ਉਹਦੀ ਬੇਗਮ ਬਣਦੀ ਏ ਗੁਲਾਮ ਦੀ ਬੇਗਮ ਕਦੀ ਬੰਦੇ ਨੂੰ ਬਾਦਸ਼ਾਹ ਬਣਾਉਣ ਤੇ ਇੰਨਾ ਟਾਈਮ ਲਾਏ ਤੇ ਬਾਦਸ਼ਾਹ ਦੀ ਬੇਗਮ ਬਣੇ ਬਾਦਸ਼ਾਹਜ਼ਾਦੀ ਤੇ ਨੂੰ ਮਕਾਮ ਮਿਲੇ ਮੈਂ ਗੁਜ਼ਾਰਿਸ਼ ਕਰਨਾ ਹੈ ਅਸੀਆਂ ਔਰਤਾਂ ਦੇ ਅੱਗੇ ਜਿਨ੍ਹਾਂ ਦਾ ਮਕਸਦ ਹੀ ਸਿਰਫ ਇਹ ਹੋਵੇ ਕਿ ਬੰਦਿਆਂ ਨੂੰ ਗੁਲਾਮ ਬਣਾਓ ਜਾਂ ਭਰਾਵਾਂ ਨੂੰ ਨਖੇੜੋ ਅੱਲਾ ਇਹਨਾਂ ਲੋਕ ਔਰਤਾਂ ਨੂੰ ਹਿਦਾਇਤ ਦੇਵੇ ਇਸ ਦੌਰ ਦੇ ਵਿੱਚ ਕੰਮ ਆਮ ਹੋ ਗਿਆ ਗੁਲਾਮ ਦੀ ਬੇਗਮ ਬਣ ਕੇ ਜਿੰਦੀਆਂ ਨੇ ਬਾਦਸ਼ਾਹ ਦੀ ਬੇਗਮ ਬਣ ਕੇ ਨਹੀਂ ਜੀ ਸਕਦੀਆਂ ਕਿੱਥੇ ਦਿਮਾਗ ਤੁਰ ਗਿਆ ਇਹਨਾਂ ਦਾ